Sidhu. ਸਤਿਕਾਰਯੋਗ ਮੈਂਬਰ ਸਾਹਿਬਾਨ, ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਸਾਡੇ ਵੀਰ ਇੰਡੀਆ ਆਪਦੇ ਵਤਨ ਨੂੰ ਸਲਾਮ ਕਰਕੇ ਆਏ ਨੇ ਉਹਨਾਂ ਸਾਰਿਆਂ ਨੂੰ ਸ਼ੁਭਕਾਮਨਾ ਦਿੰਦਾ ਹਾਂ। ਇਸੇ ਤਰ੍ਹਾਂ ਸਾਡਾ ਸੁਸਾਇਟੀ ਦਾ ਜਿਹੜਾ ਇਹ ਪ੍ਰੋਗਰਾਮ ਚੱਲਦਾ ਰਹੇ ਅਤੇ ਜਿਹੜੇ ਸਾਡੇ ਵੀਰ ਉੱਥੋਂ ਜਾਂਦੇ ਆ ਅਸੀਂ ਸਾਰਿਆਂ ਉਹਨਾਂ ਨੂੰ ਸ਼ੁਭਕਾਮਨਾ ਦਿੰਦੇ ਹਾਂ ਕਿ ਉਹ ਰਾਜ਼ੀ ਖੁਸ਼ੀ ਆਪਦੇ ਪਰਿਵਾਰਾਂ ਵਿੱਚ ਉੱਥੇ ਰਿਸ਼ਤੇਦਾਰਾਂ ਨੂੰ ਮਿਲ ਕੇ ਇੱਥੇ ਵਾਪਸ ਆਉਣ। ਅਤੇ ਇਸੇ ਤਰ੍ਹਾਂ ਜਿਹੜਾ ਦੂਸਰਾ ਪ੍ਰੋਗਰਾਮ ਹੈ ਉਸ ਟਾਈਮ ਕੀਤਾ ਜਾਂਦਾ ਜਦੋਂ ਸਾਡੇ ਸਾਰਿਆਂ ਦਾ ਜਾਣ ਦਾ ਪ੍ਰੋਗਰਾਮ ਹੁੰਦਾ ਹੈ, ਉਦੋਂ ਅਸੀਂ ਉਹਨਾਂ ਨੂੰ ਸ਼ੁਭਕਾਮਨਾ ਦੇ ਕੇ ਇਸ ਸੁਸਾਇਟੀ ਦੇ ਜਿਹੜੇ ਮੈਂਬਰ ਹੈ ਉਹ ਭੇਜਦੇ ਨੇ। ਸੋ ਮੈਂ ਸੁਧਾਕਰ ਸਿੰਘ ਹੁਣਾਂ ਨੇ ਕਹਿੰਦੇ ਜੀ, ਮੈਂ ਕਿਹਾ ਵੀ ਮੈਂ ਤਾਂ ਕਿ ਸਰੋਤਾ ਬਣਨਾ। ਉਹ ਕਹਿੰਦੇ ਨਹੀਂ ਜੀ, ਅਸੀਂ ਕੁਛ ਨਾ ਕੁਛ ਤਾਂ ਤੁਹਾਨੂੰ ਪੇਸ਼ ਕਰਨਾ ਹੀ ਪੈਣਾ। ਮੈਂ ਕਿਹਾ ਵੀ ਨਹੀਂ, ਮੈਂ ਸਰੋਤਾ ਹੀ ਜਿਹੜਾ ਐਗੀ ਜ਼ਿਆਦਾ ਬੈਟਰ ਰਹੂੰਗਾ। ਪਰ ਉਹਨਾਂ ਦੇ ਹੁਕਮ ਦੇ ਬਦਲਾ ਜਿਹੜਾ ਮੈਂ ਤੁਹਾਡੇ ਸਾਹਮਣੇ ਜਿਹੜਾ ਕੁਝ ਸ਼ੇਅਰ 'ਚ ਪੇਸ਼ ਕਰ ਰਿਹਾ। ਅਖਬਾਰ ਦਾ ਸ਼ੇਅਰ ਹੈ ਕਿ ਐ ਤਾਇਰੇ ਲਾਹੂਤੀ ਉਸ ਰਿਜ਼ਕ ਸੇ ਤੋਬਾ, ਐਸ਼ ਤਾਇਰੇ ਲਾਹੂਤੀ ਉਸ ਰਿਜ਼ਕ ਸੇ ਤੋਬਾ ਜਿਸ ਸੇ ਆਪਕੀ ਹੋ ਪਰਵਾਜ਼ ਮੇਂ ਕੁਤਾਹੀ। ਆਪਾਂ ਸਾਰੇ ਦੇਖਦੇ ਹਾਂ ਕਿ ਜੇ ਪੰਛੀ ਨੂੰ ਪਿੰਜਰੇ ਵਿੱਚ ਬੰਦ ਕਰ ਦਿੱਤਾ ਜਾਵੇ ਅਤੇ ਉਹਨੂੰ ਦਾਣਾ ਪਕਾ ਦਿੱਤਾ ਜਾਵੇ, ਪਰ ਉਸਦੀ ਜਿਹੜੀ ਰੀਝ ਹੁੰਦੀ ਹੈ ਉਹ ਪਿੰਜਰੇ 'ਚੋਂ ਬਾਹਰ ਨਿਕਲਣ ਦੀ ਹੁੰਦੀ ਹੈ। ਇਸੇ ਤਰ੍ਹਾਂ ਆਪਾਂ ਸਾਰੇ ਘਰਾਂ ਦੇ ਵਿੱਚ ਜਦੋਂ ਆਉਂਦੇ ਹਾਂ ਤਾਂ ਉਦੋਂ ਲਗਭਗ ਪਿੰਜਰਿਆਂ ਦੇ ਵਿੱਚ ਹੀ ਬੰਦ ਹੁੰਦੇ ਹਾਂ, ਕਿਉਂਕਿ ਇਹੋ ਜਿਹੇ ਸਾਧਨ ਨਹੀਂ ਹੁੰਦੇ ਗੇ। ਅਤੇ ਇਹ ਤਾਂ ਮੈਂ ਸਮਝਦਾ ਕਿ ਆਪਣੀ ਇਹ ਸੁਸਾਇਟੀ ਬੜੀ ਖੁਸ਼ਕਿਸਮਤ ਹੈ ਕਿ ਜਿਨ੍ਹਾਂ ਨੂੰ ਆਪਦੇ ਘਰਾਂ ਤੋਂ ਪਿੰਜਰੇ ਤੋਂ ਬਾਹਰ ਨਿਕਲ ਕੇ ਖੁੱਲ੍ਹਾ ਫਿਰਨ ਦਾ ਅਤੇ ਇੱਥੇ ਆ ਕੇ ਆਪਦਾ ਜਿਹੜਾ ਮੌਜ ਮਸਤੀ ਕਰਨ ਦਾ ਜਿਹੜਾ ਸਮਾਂ ਮਿਲਦਾ। ਸੋ ਇਹ ਸਾਡੀ ਸਾਰਿਆਂ ਲਈ ਖੁਸ਼ਕਿਸਮਤੀ ਹੈ। ਦੂਸਰਾ ਬਸ਼ੀਰ ਬਦਲ ਜਿਹੜਾ ਉਰਦੂ ਦਾ ਇੱਕ ਬਹੁਤ ਮਸ਼ਹੂਰ ਸ਼ਾਇਰ ਹੈ, ਉਸਨੇ ਜਿਹੜੀ ਹੈ ਆਪਦੀ ਜਿਹੜੀ ਗਜ਼ਲ ਦੇ ਵਿੱਚ ਗੱਲ ਲਿਖੀ ਸੀ ਕਿ ਮੈਂ ਜਾਣਤਾ ਹੂੰ ਕਿ ਮੰਜ਼ਿਲ ਉਸਕੀ ਕਹਾਂ ਹੋਗੀ, ਮੈਂ ਜਾਣਤਾ ਹੂੰ ਕਿ ਮੰਜ਼ਿਲ ਉਸਕੀ ਕਹਾਂ ਹੋਗੀ, ਜਬ ਪਰਿੰਦਾ ਆਸਮਾਨ ਛੂਹਣੇ ਮੇਂ ਨਾਕਾਮ ਹੋ ਜਾਏ। ਆਪਾਂ ਸਾਰੇ ਸੁਪਨੇ ਲੈਂਦੇ ਹਾਂ ਪਰ ਕਈ ਦਫ਼ਾ ਆਪਣੇ ਸੁਪਨੇ ਪੂਰੇ ਨਹੀਂ ਹੁੰਦੇ ਗੇ, ਉਹਨੂੰ ਅਸੀਂ ਉਦਾਸੀ ਦੇ ਵਿੱਚ ਚਲੇ ਜਾਂਦੇ ਹਾਂ। ਤਾਂ ਇਹ ਜਿਹੜੀ ਆ ਉਸਦੀ ਗੱਲ ਦੇ ਜਿਹੜੇ ਬੋਲ ਹੈ ਇਹ ਸਾਡੇ ਮਾਹੌਲ ਦੇ ਮੁਤਾਬਕ ਢੁੱਕਦੇ ਆ। ਬਾਕੀ ਮੈਂ ਤੋਂ ਪਹਿਲਾਂ ਇੱਕ ਸੱਜਣ ਨੇ ਇੱਥੇ ਬੋਲਿਆ ਸੀ ਬੰਦਗੀ ਬਾਰੇ ਕਿ ਜਿਹੜੀ ਬੰਦਗੀ ਆ ਉਹ ਅਸਲ ਦੇ ਵਿੱਚ ਕੀ ਹੈ, ਅਤੇ ਮੈਨੂੰ ਇੱਕ ਸ਼ੇਅਰ ਜਿਹੜਾ ਮਿਲਿਆ ਬੰਦਗੀ ਬਾਰੇ, ਉਹ ਕਹਿੰਦਾ ਯਹੀ ਹੈ ਜ਼ਿੰਦਗੀ, ਯਹੀ ਹੈ ਜ਼ਿੰਦਗੀ ਬੰਦ, ਯਹੀ ਹੈ ਬੰਦਗੀ ਆਪਣੀ, ਯਹੀ ਹੈ ਜ਼ਿੰਦਗੀ, ਯਹੀ ਹੈ ਬੰਦਗੀ ਆਪਣੀ, ਕਿ ਇਨਸਾਨ ਕੋ ਇਨਸਾਨ ਮੁਸਕਰਾ ਕੇ ਮਿਲੇ, ਕਿ ਇਨਸਾਨ ਕੋ ਇਨਸਾਨ ਮੁਸਕਰਾ ਕੇ ਮਿਲੇ ਔਰ ਗਰਦਨ ਝੁਕਾ ਲਏ ਆਪਣੀ। ਜਦੋਂ ਆਪਾਂ ਦੂਸਰੇ ਨੂੰ ਮਿਲਦੇ ਹਾਂ ਆਪਣਾ ਸਰਕਾਰ ਦੇ ਨਾਲ ਆਪਦਾ ਜਿਹੜਾ ਸਿਰ ਵੀ ਝੁਕਾਉਂਦੇ ਹਾਂ, ਤਾਂ ਇਹ ਸਮਝ ਲਓ ਕਿ ਸਾਡੀ ਜਿਹੜੀ ਅਸਲ ਬੰਦਗੀ ਇਹੀ ਹੈ।
ਕਿ ਅਸੀਂ ਦੂਜਿਆਂ ਨੂੰ ਜਿਹੜਾ ਹੱਸ ਕੇ ਮੁਸਕਰਾ ਕੇ ਮਿਲੀਏ। ਬਾਕੀ ਇੱਕ ਪੰਜਾਬੀ ਦਾ ਜਿਹੜਾ ਹੋਰ ਸ਼ੇਰ ਮੇਰੇ ਦਿਮਾਗ ਦੇ ਵਿੱਚ ਆਇਆ ਕਿ ਆਪਾਂ ਸਾਰੇ ਦੇਖਦੇ ਹਾਂ ਕਿ ਅੱਜ ਕੱਲ੍ਹ ਪੰਜਾਬ ਦੇ ਵਿੱਚ ਕੀ ਸਮੁੱਚੇ ਸੰਸਾਰ ਦੇ ਵਿੱਚ ਇਸ ਤਰ੍ਹਾਂ ਹੋ ਰਿਹਾ ਕਿ ਉਜਲਾ ਲਿਬਾਸ ਪਹਿਨ ਕੇ, ਉਜਲਾ ਲਿਬਾਸ ਪਹਿਨ ਕੇ ਤੁਸੀਂ ਅੱਜ ਕੱਲ੍ਹ ਵੀ ਦੇਖਿਆ ਹੋਊਗਾ ਜਿਵੇਂ ਯੂਪੀ ਦਾ ਇੱਕ ਜਿਹੜਾ ਮਿਨਿਸਟਰ ਹੈ, ਚੀਫ ਮਿਨਿਸਟਰ, ਉਸਦਾ ਲਿਬਾਸ, ਦੂਜੇ ਹੋਰ ਸਾਰੇ ਜਿਹੜੇ ਹੈ ਦਿਖਾਵਾ ਜਿਹੜਾ ਕਿਸ ਤਰ੍ਹਾਂ ਦਾ, ਉਜਲਾ ਲਿਬਾਸ ਪਹਿਨ ਕੇ ਚਿਹਰਾ ਸੰਵਾਰ ਕਰ, ਉਜਲਾ ਲਿਬਾਸ ਪਹਿਨ ਕੇ ਚਿਹਰਾ ਸੰਵਾਰ ਕਰ, ਫਿਰਤੇ ਹੈ ਜੇਬ ਕਤਰੇ ਕਈ ਰੂਪ ਧਾਰ ਕਰ, ਫਿਰਤੇ ਹੈ ਜੇਬ ਕਤਰੇ ਕਈ ਰੂਪ ਧਾਰ ਕਰ। ਸੋ ਸਰਦਾਰ ਸੁਦਾਗਰ ਸਿੰਘ ਜੀ ਦਾ ਹੁਕਮ ਮੰਨਦਾ ਹੋਇਆ ਮੈਂ ਕਿਹਾ ਵੀ ਹੁਣ ਤਾਂ ਕੁਝ ਨਾ ਕੁਝ ਕਹਿਣਾ ਹੀ ਪੈਣਾ, ਅਤੇ ਮੈਂ ਅੱਜ ਸਵੇਰੇ ਫਿਰ ਦੋ ਚਾਰ ਲਾਈਨਾਂ ਜਿਹੀਆਂ ਲਿਖੀਆਂ ਸੀ ਪਰ ਵਿੱਚ ਗਲਤ ਫਲਸ ਜਿਹੀਆਂ ਪੇਸ਼ ਕਰਦਾ ਤੁਹਾਡੇ ਲਈ ਕਿ ਜਿੰਨੀ ਵੀ ਸਾਹਾਂ ਦੀ ਪੂੰਜੀ ਤੇਰੇ ਕੋਲ ਹੈ, ਜਿੰਨੀ ਵੀ ਸਾਹਾਂ ਦੀ ਪੂੰਜੀ ਤੇਰੇ ਕੋਲ ਹੈ, ਹੱਸ ਕੇ ਖੇਡ ਕੇ ਦਿਲ ਖੋਲ੍ਹ ਕੇ ਮੁਸਕਰਾ ਕੇ ਜੀ, ਹੱਸ ਕੇ ਖੇਡ ਕੇ ਦਿਲ ਖੋਲ੍ਹ ਕੇ ਮੁਸਕਰਾ ਕੇ ਜੀ, ਜਿੰਨੀ ਵੀ ਸਾਹਾਂ ਦੀ ਪੂੰਜੀ ਤੇਰੇ ਕੋਲ ਹੈ। ਲੋਕ ਪਰਲੋਕ ਦਾ ਤਾਂ ਐਵੇਂ ਭਰਮ ਹੈ, ਲੋਕ ਪਰਲੋਕ ਦਾ ਤਾਂ ਐਵੇਂ ਭਰਮ ਹੈ, ਅੰਧ ਵਿਸ਼ਵਾਸਾਂ ਵਿੱਚ ਸਮਝ ਲੈ ਰੱਖਿਆ ਹੈ ਕਿ, ਅੰਧ ਵਿਸ਼ਵਾਸਾਂ ਵਿੱਚ ਸਮਝ ਲੈ ਐਵੇਂ ਰੱਖਿਆ ਹੈ ਕਿ, ਇਹ ਮੇਲਾ ਮੁੜ ਨਹੀਂ ਲੱਭਣਾ ਮੰਨ ਲੈ ਬੇਲੀਆ, ਇਹ ਮੇਲਾ ਮੁੜ ਨਹੀਂ ਲੱਭਣਾ ਮੰਨ ਲੈ ਬੇਲੀਆ, ਬਾਜ਼ੀਆਂ ਤਾਸ਼ ਦੀਆਂ ਨਾ ਤੂੰ ਖੇਡ ਤੇ ਜੱਕੜ ਮਾਰ, ਖੁਸ਼ ਰਹਿ ਤੇ ਜੇ ਪੀਤੇ ਬਿਨਾਂ ਰਹਿ ਨਹੀਂ ਸਕਦਾ ਤਾਂ ਪਿਆਲੇ ਖੜਕਾ ਕੇ ਪੀ, ਪਿਆਲੇ ਖੜਕਾ ਕੇ ਪੀ। ਸਭ ਕੁਝ ਛੱਡ ਦੇ, ਸਭ ਕੁਝ ਛੱਡ ਦੇ ਆਖਰ ਨੂੰ ਹੈ ਤੁਰ ਜਾਣਾ, ਸਭ ਕੁਝ ਛੱਡ ਕੇ ਆਖਰ ਨੂੰ ਹੈ ਤੁਰ ਜਾਣਾ, ਛੱਡ ਯਾਦਾਂ ਮਿੱਠੀਆਂ, ਛੱਡ ਯਾਦਾਂ ਮਿੱਠੀਆਂ, ਚੁਰ ਚੁਰ ਰੀਲੀ ਨਾ ਕਰ, ਚੁਰ ਚੁਰ ਕਰ ਨਾ ਰੀਰੀ, ਦਿਲ ਦਾ ਅਵਾਲ ਕੱਢ ਲੈ, ਦਿਲ ਦਾ ਅਵਾਲ ਕੱਢ ਕੇ ਮੇਲੇ ਵਿੱਚ ਬੁਲਾਓ ਰੌਣਕਾਂ। ਜਿਸ ਤਰ੍ਹਾਂ ਅੱਜ ਪ੍ਰੋਫੈਸਰ ਸਾਹਿਬ ਨੇ ਇੱਥੇ ਆ ਕੇ, ਮੈਂ ਸਮਝਦਾ ਕਿ ਇਹੋ ਜਿਹੀ ਸਟਾਫ ਦੀ ਜਿਹੜੀ ਹੈ ਆਪਦੀ ਆਵਾਜ਼ ਦੇ ਵਿੱਚ ਜਿਹੜੀ ਚੀਜ਼ ਪੇਸ਼ ਕੀਤੀ ਹੈ, ਜਿਹੜੀ ਕਿ ਬੜੇ ਚੰਗੇ ਚੰਗੇ ਕਲਾਕਾਰ ਜਿਹੜੇ ਹੈ ਉਹਨਾਂ ਤੋਂ ਅਸੀਂ ਇਸ ਗੱਲ ਦੀ ਉਮੀਦ ਕਰਦੇ ਹਾਂ। ਦਿਲ ਦਾ ਵਾਲ ਕੱਢ ਕੇ ਮੇਲੇ ਦੀਆਂ ਵਧਾਓ ਰੌਣਕਾਂ, ਮੁਸਕਰਾ ਕੇ ਪਾ ਕੇ ਜੱਫੀਆਂ, ਮਿਲਣ ਦਾ ਨਿਸ਼ਾਨਾ ਹੋਰ ਰੱਖਿਆ ਹੈ ਕਿ, ਮਿਲਣ ਦਾ ਨਿਸ਼ਾਨਾ ਹੋਰ ਰੱਖਿਆ ਹੈ ਕਿ। ਤੁਹਾਡਾ ਬਹੁਤ ਬਹੁਤ ਧੰਨਵਾਦ, ਆਪਾਂ ਇਸ ਮੇਲੇ ਨੂੰ ਮੰਨਦੇ ਰਹੀਏ।